जनमाने पर तक गुरु निस्तारे। साहिब कमाल श्री गुरु गोबिंद सिंह जी महाराज वालों चलाई गई दमदमी टकसाल के बारहवें मुखी सचखंड वासी ज्ञानी गुरबचन सिंह जी वालों दसां पातशाहियां दे पावन स्वरूप धन धन श्री गुरु ग्रंथ साहिब जी की बाणी की संपूर्ण लड़ीवार कथा आरंभ होने जा रही है। धनवाद साहिब संत ज्ञानी हरनाम सिंह जी खालसा पिंडरांवाले मुखी दमदमी टकसाल जथा पिंडरां महिता अमृतसर। ਸੂਈ ਪਛਾਤਾ ਜਿਨਹੈ ਉਪਾਇਆ ਜਿਸ ਵਾਹਿਗੁਰੂ ਨੂੰ ਪੈਦਾ ਕੀਤਾ ਰਹਾਉ ਬਖਰਾਮ ਦੇ ਕਹਿਜੂ ਕਹਿੰਦੇ ਉਸ ਪਰਮੇਸ਼ੁਰ ਨੂੰ ਪਛਾਣ ਲਿਆ ਹੈ ਕਰ ਕਿਰਪਾ ਪ੍ਰਭ ਆਪ ਮਿਲਾਇਆ ਜਦੋਂ ਉਸਦਾ ਗਿਆਨ ਗੁਰਾਂ ਦੁਆਰਾ ਪਾਇਆ ਵਾਹਿਗੁਰੂ ਨੂੰ ਕਿਰਪਾ ਕਰਕੇ ਆਪਦੇ ਨਾਲ ਉਹਨਾਂ ਨੂੰ ਮੇਲ ਲਿਆ ਹੈ ਬਾਹ ਪਕੜ ਲੀਨੋ ਕਰ ਆਪਣਾ ਸਾਡੀ ਗੁਰਤੀ ਨੂੰ ਪੂਜਾ ਕਰ ਪਕੜ ਕੇ ਬ੍ਰਹਮਾਕਾਰ ਕਰਕੇ ਆਪਣਾ ਬਣਾ ਲਿਆ ਹੈ ਹਰ ਹਰ ਕਥਾ ਸਦਾ ਜਪ ਜਪਣਾ ਆਗਿਆ ਦਿੱਤੀ ਹੈ ਹੋਰ ਜਿਵੇਂ ਤੁਸੀਂ ਉਭਰੇ ਹੋ ਹੋਰਨਾਂ ਦੇ ਉਧਾਰ ਨੂੰ ਆਪੇ ਜੀਵਨ ਮੁਕਤੀ ਆਨੰਦ ਹੈ ਹਰ ਹਰ ਪਰਮੇਸ਼ੁਰ ਦੇ ਨਾਮ ਦੀ ਕਥਾ ਕਰਿਆ ਕਰੋ ਤੇ ਸਦਾ ਜਾਪ ਨੂੰ ਜਪਣਾ ਕਰਿਆ ਕਰੋ ਕਿਉਂ ਜਿਹਨਾਂ ਨੇ ਜਾਪ ਨੂੰ ਜਪਣਾ ਕੀਤਾ ਹਰ ਹਰ ਦੀ ਕਥਾ ਜਾਰੀ ਹੈ ਉਹ ਨਾਮ ਰੱਤੇ ਕੁਲਾਂ ਦਾ ਕਰੇ ਉਧਾਰ ਹੋਰਨਾਂ ਦਾ ਵੀ ਉਧਾਰ ਕਰ ਦਿੰਦੇ ਹਨ ਮੰਤਰ ਤੰਤਰ ਔਖਦ ਪੁਨਹ ਚਾਰ ਮੰਤਰ ਪੜੀਦਾ ਹੁੰਦਾ ਹੈ ਮੂੰਹ ਦੇ ਨਾਲ ਤੰਤਰ ਕੇ ਤਿੰਨ ਚਾਰ ਔਸ਼ਧੀਆਂ ਲਾ ਕੇ ਪਾ ਦੇਣੀਆਂ ਕਿਸੇ ਤੇ ਔਖਦ ਦਵਾਈ ਆਦਿਕ ਦੇ ਦੇਣੀ ਪੁਨਹ ਚਾਰ ਪਾਪਾਂ ਦੀ ਨਿਵਿਰਤੀ ਵਾਸਤੇ ਜਿਹੜਾ ਕੰਮ ਕਰੇ ਉਹਦਾ ਨਾਮ ਪਰਾਸਚਿਤ ਹੁੰਦਾ ਹੈ ਤੇ ਪੁਨਾਂ ਦੀ ਪ੍ਰਵਿਰਤੀ ਵਾਸਤੇ ਜਿਹੜਾ ਕੰਮ ਕਰੀਏ ਉਹਦਾ ਨਾਮ ਪੁਨਸਚਰਨ ਹੁੰਦਾ ਹੈ ਤੋ ਹਜ਼ੂਰ ਫਰਮਾਉਂਦੇ ਹਨ ਮੰਤਰ ਤੰਤਰ ਔਖਦ ਪੁਨਹ ਚਾਰ ਮੰਤਰ ਕਹਿੰਦੇ ਵਾਸਤੇ ਕਾਮ ਕ੍ਰੋਧ ਆਦਿ ਜਿਹੜੇ ਸੱਪ ਹੈ ਉਹਨਾਂ ਦੀ ਜਹਿਰ ਲਾਉਣ ਵਾਸਤੇ ਵਸ ਕਰਨ ਵਾਸਤੇ ਮੰਤਰ ਮਾਰਾ ਦਾ ਨਾਮ ਹੈ ਤੰਤਰ ਵਾਹਿਗੁਰੂ ਮੰਤਰ ਹੈ ਜਿਵੇਂ ਅੱਖਰਾਂ ਨੂੰ ਵਾਸਦੇਵ ਆਦਿ ਸਾਰਿਆਂ ਨੂੰ ਇਕੱਤਰ ਕਰਕੇ ਇਹ ਇਕੱਠੀਆਂ ਚੀਜ਼ਾਂ ਹਨ ਇਸੇ ਪ੍ਰਕਾਰ ਤੰਤਰ ਸਾਦਾ ਆਦਿਕ ਹੁੰਦਾ ਜਿਵੇਂ ਇਸੇ ਪ੍ਰਕਾਰ ਸਾਧ ਸਿੰਘ ਜੀ ਤੰਤਰ ਵੀ ਵਾਹਿਗੁਰੂ ਦਾ ਨਾਮ ਹੈ ਅਤੇ ਇਹ ਤੰਤਰ ਜਿਵੇਂ ਹੁੰਦਾ ਹੈ ਚੀਜ਼ ਸਾਦਾ ਆਦਿਕ ਮੌਲੀਆਂ ਆਦਿਕਾਂ ਨੂੰ ਗੰਢਾਂ ਦੇ ਕੇ ਜਿਵੇਂ ਤੰਤਰ ਕਰਦੇ ਹਨ ਮੰਤਰ ਪਰਮੇਸ਼ੁਰ ਦਾ ਕਾਮ ਕ੍ਰੋਧ ਆਦਿਕ ਵਕਾਰਾਂ ਨੂੰ ਵਸ ਕਰਨ ਵਾਸਤੇ ਤੰਤਰ ਰਾਗ ਦੁਆਖ ਆਦਿਕ ਜਿਹੜੇ ਜ਼ਖਮ ਹਨਗੇ ਉਹਨੂੰ ਮੇਟਣ ਵਾਸਤੇ ਤੰਤਰ ਹੈ ਇਹ ਅਤੇ ਔਖਦ ਅਗਿਆਨ ਰੂਪੀ ਰੋਗ ਨੂੰ ਮੇਟਣ ਵਾਸਤੇ ਦਵਾਈ ਹੈ ਪੁਨਹ ਚਾਰ ਚੰਦ ਪਾਪਾਂ ਦੀ ਨਿਵਿਰਤੀ ਵਾਸਤੇ ਪੁਨਹ ਚਰਨਾ ਪੁਨਾਂ ਦੇ ਵਿੱਚ ਆਚਾਰ ਵਿੱਚ ਪ੍ਰਵਿਰਤ ਹੋਣਾ ਪੁਨਾਂ ਪੁਨਾਂ ਸ੍ਰੇਸ਼ਟਾਚਾਰ ਚ ਪੁਨਹ ਚਰਨ ਹੁੰਦਾ ਸੰਸਕ੍ਰਿਤ ਦੇ ਪੁਸਤਕਾਂ ਚ ਇੱਥੇ ਆਪ ਪੁਨਹ ਆਚਾਰ ਕਹਿੰਦੇ ਹੈ ਪੁਨਾਂ ਪੁਨਾਂ ਜਿਹੜਾ ਆਚਾਰ ਕੀਤਾ ਜਾਵੇ ਕਈ ਥਾਈ ਪ੍ਰਾਸਚਿਤ ਦਾ ਨਾਮ ਵੀ ਪੁਨਹ ਆਚਾਰ ਹੁੰਦਾ ਹੈ ਸੋ ਪਾਪਾਂ ਦੀ ਨਿਵਿਰਤੀ ਵਾਸਤੇ ਜਿਹੜਾ ਪ੍ਰਾਸਚਿਤ ਕਰਨਾ ਹੈ ਪੁਨਾਂ ਚ ਪ੍ਰਗਟ ਹੋਣਾ ਹੈ ਇਹ ਪਰਮੇਸ਼ੁਰ ਦਾ ਨਾਮ ਹੀ ਹੈ ਕਾਮ ਕ੍ਰੋਧ ਰੂਪੀ ਸੱਪਾਂ ਨੂੰ ਵਸ ਕਰਨ ਵਾਸਤੇ ਮੰਤਰ ਹੈ ਅਤੇ ਰਾਗ ਦੁਆਖ ਰੂਪੀ ਜ਼ਖਮਾਂ ਨੂੰ ਮੇਟਣ ਵਾਸਤੇ ਤੰਤਰ ਹੈ ਅਤੇ ਅਗਿਆਨ ਦੇ ਨਾਸ਼ ਕਰਨ ਵਾਸਤੇ ਔਖਦ ਹੈ ਅਤੇ ਇਸੇ ਪ੍ਰਕਾਰ ਸਕਾਮ ਕਰਮਾਂ ਤੋਂ ਛੁੱਟਣ ਵਾਸਤੇ ਨਿਸਕਾਮੀ ਹੋਣ ਵਾਸਤੇ ਪੁਨਹ ਜਨਮ ਹੈ ਪਾਪਾਂ ਦੀ ਨਿਵਿਰਤੀ ਰੂਪ ਹਰ ਹਰ ਨਾਮ ਜੀ ਪ੍ਰਾਣ ਆਧਾਰ ਹਰ ਹਰ ਦਾ ਨਾਮ ਇਹੋ ਮੰਤਰ ਹੈ ਜਿਹੜਾ ਹਰ ਹਰ ਦਾ ਨਾਮ ਹੈ ਇਹੋ ਹਿਰਦੇ ਦੇ ਅੰਦਰ ਤੰਤਰ ਹੈ ਇਹੋ ਹੀ ਪ੍ਰਾਣਾਂ ਦਾ ਆਸਰਾ ਔਖਦੀ ਹੈ ਸਾਚਾ ਧਨ ਪਾਇਓ ਹਰ ਰੰਗ ਇਹ ਭਾਈ ਸੱਚਾ ਨਾਮ ਰੂਪੀ ਧਨ ਹਰੀ ਦੇ ਪ੍ਰੇਮ ਦਾ ਪ੍ਰਾਪਤ ਕੀਤਾ ਹੈ ਸਾਚਾ ਧਨ ਪਾਇਓ ਹਰੀ ਦਾ ਜਿਹੜਾ ਰੰਗ ਪ੍ਰੇਮ ਹੈ ਇਹ ਸੱਚਾ ਧਨ ਪ੍ਰਾਪਤ ਕੀਤਾ ਹੈ ਦੁੱਤਰ ਤਰੇ ਸਾਧ ਕੈ ਸੰਗ ਮਹਾਤਮਾ ਦੀ ਸੰਗਤ ਕਰਕੇ ਦੁੱਤਰ ਕਸ਼ਮ ਸੰਸਾਰ ਤੋਂ ਤਰ ਗਏ ਹਾਂ ਸੁਖ ਬੈਸੋ ਸੰਤ ਸੱਜਣ ਪਰਵਾਰ ਇਹ ਸੱਜਣ ਸੰਤੋ ਇਹ ਦੇਵੀ ਗੁਣਾਂ ਦੇ ਪਰਿਵਾਰ ਵਾਲੇ ਹੋ ਸੁਖ ਦੇ ਸਹਿਤ ਆਪਣੇ ਸਰੂਪ ਵਿੱਚ ਇਸ ਤੋਂ ਕਿ ਬੈਠਣਾ ਕਰੋ ਹਰ ਧਨ ਖੱਟਿਓ ਜਾ ਕਾ ਨਾ ਹੈ ਸੁਮਾਰ ਨਾਮ ਰੂਪੀ ਧਨ ਐਸਾ ਖੱਟਿਆ ਜਿਹਦਾ ਸ਼ੁਮਾਰ ਗਿਣਤੀ ਨੀ ਪਾਈ ਜਾ ਸਕਦੀ ਸਹਿ ਪ੍ਰਾਪਤ ਤਿਸ ਗੁਰ ਦੇ ਇਹਨੂੰ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ
सतगुरु जी निष्काम कर्मों वाले प्राप्त होंगे है, जिन्हू सतगुरु जी मिलते है उन्होंने मारा नाम तन देंगे। नानक बिरथा कोई ना है, वो सब सुन जी बिरथा पीड़ा नहीं कोई है उन्होंने रेंदी कि सब त्यागिया जानिया ने, उन्होंने बिरथा खाली नहीं कोई हे हुंदा है। गौड़ी ग्वारे री महला पंजवा हस पुनीत हो हे तत्काल, हथ जेड़े आए महाराज का जस लिखण नाल सेवा करने झाड़ू देने भांडे मांजन नाल लंगर पकाउण नाल इस तरह सेवा करना हथ पवित्र हो जाते झाटी। बिनस जाहे माया जंजाल, हस पुनीत होए तत्काल, प्रेम रूपी हथ जिन्हों के अंदर प्रेम है वो प्रेम रूपी हथ झाटी पवित्र हो जाते प्रेम वाले जेड़े चित हैं। बिनस जाहे माया जंजाल, बंधन भी उन्होंने सारे माया की कृपा करके मिट जाते कर भाव के जिन्होंने प्राप्त हुए है। रसना रमो राम गुण नी, रसना करके राम के नाम के गुणा न मिटा धरती भाई उचारना करो, सुख पावो मेरे भाई मेरे फते अम्मा दे जाए भरावो ते मित्रो, लोग परलोक दे सुख चाहोगे भाई सरवण आवक मित्र संतोष आवक। लिख लेखण कागद मसवाणी, लिखना करो लेखनी लेके कलम लेके कागद उत्ते मसवाणी शाही लेके दुआत लेके गुरबाणी जेड़ी लिखनी है ये बड़ा पुन है। गुरबाणी लिख के परमेश्वर का नाम बेचना नहीं मारा कहे भिड़कना जीव है जो लिख लिख बेचे ना, उन्ना अर्थी किसी नु बाणी पढ़ने वास्ते देनी है। इस प्रकार लिख लेखन कागद मसवाणी, लिख लेखन कागद मसवाणी ये पाई अंता कर रूपी कागज होवे, मन रूपी मसवाणी दुआत होवे, सरदा रूपी कलम होवे। इस प्रकार गुरु साहब के जस दे ताई लिखना करिए, लिख लेखन सरदा रूपी कलम दे नाल सरदा रूपी दुआत दे नाल ते अंता कर रूपी कागज दे उत्ते मर दे जस रूपी लेखा नू लिखना करिए। राम नाम हर अमृत बाणी, राम दा नाम हरी दी अमर करन वाली अमृत रूप बाणी दा उच्चारण करिए, क्यों कलम लै के शाही द्वारा परमेश्वर दे जस नू लिखिए। जो राम दा नाम हरी दी अमृत रूप बाणी है उन्हों की हथ भी पवित्र हो जाते झाती, रसना भी गुण गाने वाली पवित्र हो जाती है। इसे प्रकार लिख लेख कागज मसवाणी अमता कर रूपी कागज से मन रूपी शाही द्वारा या सरदा रूपी मसवाणी द्वार द्वारा प्रेम रूपी कलम द्वारा सत सादा विचार रूपी लिखण होके लिखारी होके लिखना करो। राम नाम हर अमृत बाणी, राम का नाम जो हरी अमर करने वाला अमृत रूप बाणी है। रहाओ यह कार्य तेरे जाहे विकार, ये कार्य करेगा तेरे काम आदि को वकार तेरे जाएंगे किचित हो जाएगा। सिमरत राम नाही जम मार, राम का नाम सिमरन करेगा जमा भी मार नहीं तेनू पवेगी मुक्त हो जाएगा। धर्म राय मारनगे जमेगा भी नहीं मारिया भी नहीं जाएगा जमन मर तो रहित हो जाएगा। धर्म राय के दूत जो है दूत है जरा इलाज को भी तेन जो है चाल नहीं सकेंगे धूत भी नहीं पड़े। माया मगन न कसी है मोहर, माया तेन मत कोई मोहत नहीं कर सकती भूषा नहीं कर सकती को। उधर है आप तरह संसार, आप भी संसार तो उधर जाएगा जेडे सुवंधी है उन्होंने भी संसार तो कार राम नाम जप एक अंकार, परमेश्वर का नाम ओंकार जेड़ा है जाप इसमें जपना कर। आप कमाओ अवरा उपदेश, आप भी कमाई करया कर होर भी उपदेश दिया कर, यो ना हो होर उपदेश देवे तीन अवरा को उपदेश के मुख में पर है रेत, रास लगानी रास दे खाया कसका खेत, ना कमाई भी आप कर
ਤੇ ਹੋਰ ਨੂੰ ਉਪਦੇਸ਼ ਦੇ। ਰਾਮ ਨਾਮ ਹਿਰਦੈ ਪਰਵੇਸ਼, ਪਰਮੇਸ਼ਵਰ ਦਾ ਨਾਮ ਹਿਰਦੇ ਤੇ ਤੇਰੇ ਵੀ ਪ੍ਰਵੇਸ਼ ਵਜਾਏਗਾ ਜੋ ਆਪ ਕਮਾਵੇਗਾ। ਜਿਹੜੇ ਕਮਾਈ ਕਰਨ ਵਾਲੇ ਦੇ ਮੂੰਹੋਂ ਸੁਣਗੇ ਉਹਨਾਂ ਦੇ ਹਿਰਦੇ ਚ ਵੀ ਪ੍ਰਵੇਸ਼ ਹੋ ਜਾਏਗਾ, ਵਸ ਜਾਏਗਾ। ਜਾ ਕੇ ਮਾਥਾ ਇਹੋ ਨਿਧਾਨ ਦੇ ਮੱਥੇ ਅੰਤਾ ਕਰਨ ਵਿੱਚ ਇਹ ਮਾਰਨ ਖਜ਼ਾਨਾ ਬਖਸ਼ਿਆ ਨਾਮ ਦਾ। ਉਹੀ ਪੁਰਖ ਜਪੈ ਭਗਵਾਨ, ਉਹੀ ਪੁਰਖ ਭਗਵਾਨ ਪਰਮੇਸ਼ਵਰ ਦੇ ਨਾਮ ਨੂੰ ਭਾਈ ਜਪਦਾ ਹੈ। ਆਠ ਪਹਿਰ ਹਰ ਹਰ ਗੁਣ ਗਾ, ਜੋ ਹਰੀ ਸਭ ਦੇ ਪਾਪਾਂ ਨੂੰ ਹਰਨ ਵਾਲਾ ਉਹਦੇ ਗੁਣਾਂ ਨੂੰ ਗਾਇਆ ਕਰ। ਕਹੋ ਨਾਨਕ ਹਉ ਤਿਸ ਬਲ ਜਾ, ਜੀ ਕਹਿੰਦੇ ਅਸੀਂ ਉਸ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਰਾਜ ਗੌੜੀ ਗੁਆਰੇੜੀ ਮਹੱਲਾ ਪੰਜਵਾ, ਚੌਪ ਦੇ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੋ ਪਰਾਇਓ ਸੋਈ ਆਪਣਾ। ਗਰੀਬਨਵਾਸ ਕੇ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਗੌੜੀ ਰਾਜ ਨੂੰ ਗੁਆਰੇ ਦੀ ਜਾਤੀ ਚਾਰ ਦੇ ਚੌਦਾਂ ਪੌੜੀਆਂ ਵਾਲੇ ਸ਼ਬਦ ਵੀ ਆਉਣਗੇ ਤੇ ਦੋਨੋਂ ਪੌੜੀਆਂ ਵਾਲੇ ਵੀ ਸ਼ਬਦ ਆਉਣਗੇ। ਇਸ ਦੇ ਵਿੱਚ ਇੱਕ ਵੈਤਰੀ ਪਰਮੇਸ਼ਵਰ ਓਂਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹੈ, ਭਾਈ ਚਿੱਤ ਸਾਰਿਆਂ ਦਾ ਕਰਜ਼ਾ ਕਹੋ ਗਸਾਈ ਮਿਲੀਏ ਕਿਹੇ, ਜੋ ਵਰਜੇ ਤਿਸ ਕਿਉਂ ਨਹੀਂ। ਕਹੋ ਤਾਂ ਪਰਮੇਸ਼ਵਰ ਨੂੰ ਕਿਵੇਂ ਮਿਲ ਸਕੋਗੇ, ਜਿਹੜੀਆਂ ਗੱਲਾਂ ਤੋਂ ਮਹਾਰਾਜ ਰੋਕਿਆ ਉਹਨਾਂ ਨਾਲ ਅਸੀਂ ਪ੍ਰੇਮ ਕਰੀ ਸਕਦੇ ਹਾਂ। ਜੋ ਪਰਾਇਓ ਸੋਈ ਆਪਣਾ, ਦੇਖੋ ਜਿਹੜਾ ਪਰਾਇਆ ਬਗਾਨਾ ਪਦਾਰਥ ਹੈ ਉਹਨੂੰ ਆਪਣਾ ਸਮਝਣ ਲੱਗ ਗਿਆ। ਕਈ ਪੈਰੀ ਪੱਟਣ ਵਾਲੇ ਕਹਿੰਦੇ ਲੈ ਜੀ ਮੈਨੂੰ ਹੁਣ ਗਿਆਨ ਹੋ ਗਿਆ, ਮੈਨੂੰ ਬਗਾਨੀ ਪੈਰੀ ਨਹੀਂ ਪ੍ਰਤੀਤ ਹੁੰਦੀ, ਮੈਂ ਕਿਸੇ ਦੇ ਖੇਤੀ ਚ ਕੋਠੇ ਪੱਟ ਲਿਆ ਵਾ, ਸਾਨੂੰ ਤਾਂ ਆਪਣਾ ਹੀ ਸਭ ਪ੍ਰਤੀਤ ਹੁੰਦਾ। ਇਸ ਪ੍ਰਕਾਰ ਦੇ ਦੁਰਾਚਾਰ ਵਾਲੀ ਗੱਲ ਮਹਾਰਾਜ ਕਹਿੰਦੇ ਜੋ ਪਰਾਇਓ ਸੋਈ ਆਪਣਾ, ਜੋ ਪਰਾਈਆਂ ਪਦਾਰਥ ਹੈ, ਪਰਾਈ ਇਸਤਰੀ ਹੈ, ਪਰਾਏ ਪੁੱਤਰ ਹੈ, ਪਰਾਇਆ ਧਨ ਹੈ, ਉਹਨੂੰ ਆਪਣਾ ਮੰਨ ਲਿਆ, ਮੇਰ ਕਰ ਲਈ। ਜੋ ਤਜ ਸੋਡਨ ਤਿਸ ਤੇ ਮਨ ਰਚਨਾ, ਜਿਹੜੇ ਸੰਬੰਧੀਆਂ ਤੈਨੂੰ ਇੱਥੇ ਛੱਡ ਜਾਣਾ ਹੈ ਤੇ ਜਿਸ ਧਨ ਨੂੰ ਤੈਂ ਛੱਡ ਕੇ ਚਲੇ ਜਾਣਾ ਹੈ, ਜਿਹੜੇ ਪਿਆਰ ਜਾਣੇ ਸੰਬੰਧੀ ਜਿਹਨਾਂ ਪਦਾਰਥਾਂ ਨੂੰ ਛੱਡ ਜਾਣਾ, ਉਹਨਾਂ ਦੇ ਨਾਲ ਕੇ ਮਨ ਰਚਨਾ ਕੀਤਾ ਹੈ। ਕਹੋ ਗੁਸਾਈ ਮਿਲੀਏ ਕੇ, ਭਾਈ ਕਿਸ ਪ੍ਰਕਾਰ ਪ੍ਰਿਥਵੀ ਦੇ ਸਾਈ ਅਕਾਲ ਤੁਸੀਂ ਮਿਲ ਪਵੇਗਾ, ਇਹ ਕੋਈ ਉਪਾਅ ਰੱਖ ਪਿਆ ਥੋੜਾ ਪਰਮੇਸ਼ਵਰ ਦੇ ਨਾਲ ਮਿਲਣ ਦਾ, ਤੂੰ ਤਾਂ ਉਲਟੇ ਪਾਸੇ ਜਾ ਰਿਹਾ ਹੈ। ਜੋ ਵਿਵਰਜਤ ਤਿਸ ਇਹਨਾਂ ਨੂੰ ਵੇਦ ਸ਼ਾਸਤਰ ਸਾਰੇ ਰੋਕਦੇ ਆ, ਵਿਸ਼ੇਸ਼ ਕਰਕੇ ਉਹਨਾਂ ਵਿਸ਼ਿਆਂ ਦੇ ਨਾਲ ਤਾਂ ਨਹੀਂ ਪ੍ਰੇਮ ਲਾਇਆ ਹੈ। ਬਾਤ ਸਾ ਸੱਚ ਕਰ ਜਾਤੀ, ਉਹਦੀ ਸੁੱਖੀ ਗੱਲ ਹੈ ਵੀ ਜਿਉਂਦਾ ਰਹੇ ਜਦੋਂ ਕੋਈ ਅਸੀਸ ਦੇਵੇ ਸਿਰ ਦੇ ਹੱਥ ਤੇਰੇ ਬੜਾ ਖੁਸ਼ ਹੁੰਦਾ ਵੀ ਮੇਰਾ ਸਿਰ ਪਲੋਸ ਕੇ ਕਿਹਾ ਜਿਉਂਦਾ ਰਹੇ, ਇਹ ਝੂਠੀ ਗੱਲ ਹੈ ਜਿਉਂਦੇ ਰਹਿਣਾ, ਇਹਨੂੰ ਸੱਚੀ ਕਰਕੇ ਮੰਨ ਲਿਆ ਜਾਣ ਲਿਆ ਹੈ। ਸਤ ਹੋਵਨ ਮਨ ਲੱਗੇ ਨਾ ਰਾਤ, ਜਦੋਂ ਮਰਨ ਦਾ ਨਾਂ ਕੋਈ ਲਵੇ ਉਸਨੇ ਡਰਦਾ ਤੂੰ ਕਿ ਮੈਂ ਕਿਉਂ ਮਰਾਂ। ਜਿਹੜੀ ਸੱਤ ਹੋਣ ਵਾਲੀ ਮਰਨ ਵਾਲੀ ਚੀਜ਼ ਹੈ ਇਹ ਤੇਰੇ ਮਨ ਚ ਰੱਤੀ ਜਿੰਨੀ ਵੀ ਨਹੀਂ ਲੱਗਦੀ ਹੈ। ਇਹ ਮੂਲੇ ਲਿਖਤਾ ਸੀ ਨਾ, ਮਰਨਾ ਸੱਚ ਤੇ ਜਿਉਣਾ ਝੂਠ। ਸਤਿਗੁਰੂ ਨਾਨਕ ਦੇਵ ਜੀ ਨੇ ਜਦੋਂ ਪਰਖਿਆ ਸੀ ਉਦੋਂ ਜ਼ਹੀਰੇ ਚ ਲੋਕਿਆ ਸੀ, ਆਪ ਜੀ ਨੇ ਕਿਹਾ ਸੀ ਨਾਲ ਕਰਾੜਾ ਦੋਸਤੀ ਕੂੜੇ ਕੂੜੀ ਪਾਏ, ਮਰਨ ਜਾਪੇ ਮੂਲਿਆ ਆਵੇ ਕਿਤੇ ਖਾਏ। ਇਸ ਪ੍ਰਕਾਰ ਜਿਹੜੀ ਸੱਚੀ ਗੱਲ ਹੈ ਉਹ ਮਨ ਚ ਰੱਤੀ ਵੀ ਨਹੀਂ, ਤੇਰੇ ਮਰਨਾ ਲੱਗਦੀ ਨਹੀਂ ਹੈ। ਬਾਵੇ ਮਾਰਗ ਟੇਢਾ ਚੱਲਣਾ, ਬਾਵੇ ਮਾਰਗ ਬਾਵੇ ਖੱਬੇ ਰਸਤੇ ਟੇਢ ਪਾਈ ਮੈਂ ਚੱਲਦਾ, ਹਰ ਵਕਤ ਟੇਢੀ ਬਾਗ ਟੇਢੇ ਚਲੇ ਲਾਗੇ ਦੀਰਾ ਖਾਨ, ਭਾਉ ਭਵਿਸ਼ੋ ਕਾਜ ਨੇ ਪੁੱਛਿਆ ਮੇਰੋ ਕਾਮ ਜਵਾਨ, ਟੇਢੀ ਕੰਨ ਕੋਲੇ ਜਲੇਬੀ ਪੇਚਾਰੀ ਪੱਗ ਬੰਦ ਹੈ, ਅਤੇ ਟੇਢੇ ਚਲੇ ਟੇਢੇ ਕੁਸੰਗਤ ਦੇ ਰਸਤੇ ਚੱਲਦਾ ਹੈ। ਆਪਣੇ ਆਪ ਨੂੰ ਬੜਾ ਵੀਰ ਬਹਾਦਰ ਦੇ ਖਾਨ ਕਹਾਉਣਾ, ਕਾਨਾਂ ਦੇ ਦੀਵੇ ਤੇ ਦੀੜੀਆਂ ਖਾਨਾ, ਇਹ ਜੇ ਤੇਰੇ ਵਕਾਰਾਂ ਵਾਲੇ ਸੁਭਾਅ ਬਣ ਗਏ, ਤੂੰ ਕਿਵੇਂ ਚੰਗਾ ਬਣ ਸਕਦਾ। ਇਵੇਂ ਬਾਵਾ ਬਾਂਬ ਮਾਰਗੀਆਂ ਦਾ ਜਿਵੇਂ ਉਹ ਬਾਂਬ ਮਾਰਗੀਆਂ ਦਾ ਇਹੋ ਜਿਹਾ ਭੈੜਾ ਆਚਾਰ ਹੈ, ਇੱਥੇ ਜ਼ਬਾਨ ਨਾਲ ਜ਼ਬਾਨ 'ਚ ਕਹਿਣ ਯੋਗ ਨਹੀਂ। ਉਹ ਉਸ ਵਕਤ ਉਹ ਸਕੂਲਾਂ ਵਾਲੀ ਲੜਕੀ ਦੇ ਨਾਲ ਵੀ ਵਿਚਾਰ ਸਾਰੇ ਰਲ ਕੇ ਕਰਦੇ ਆ,
ਜਿਸ ਪ੍ਰਕਾਰ ਬਾਣ ਮਾਰਦੇ ਦਾ ਜਿਹੜਾ ਮਾਰਗ ਹੈ ਉਹ ਬਾਣੇ ਡੇਢ ਗਾਈ ਵਾਲੇ ਰਸਤੇ ਚ ਖੱਬੇ ਕੁਸੰਗ ਦੇ ਰਸਤੇ ਚ ਟੇਢਾ ਹੋ ਕੇ ਮਨ ਨੂੰ ਸਤਸੰਗ ਵੱਲੋਂ ਚੱਲਣਾ ਕਰਦਾ ਹੈ। ਕਹਿੰਦੇ ਮੇਰੋ ਕਾਮ ਦੀਵਾਨ ਮੇਰਾ ਕਚਹਿਰੀ ਚ ਕੰਮ ਹੈ, ਜਿੱਥੇ ਚਾਹ ਦੀ ਪਿਆਲੀ ਮਿਲੂ, ਖੀਰ ਦਾ ਗੋਲਾ ਮਿਲੂ, ਗੋਡੇ ਮਿਲਣਗੇ ਤੇ ਸੰਗਤ ਜਾ ਕੇ ਕੀ ਕਰਨੇ ਨੇ। ਇਸ ਪ੍ਰਕਾਰ ਖੇਡਾਈ ਦੇ ਵਿੱਚ ਇੱਕ ਸੰਗਤ ਦੇ ਰਸਤੇ ਚੱਲਣਾ ਕਰਦਾ, ਭਾਵੇਂ ਬਾਣ ਮਾਰਗੀਆਂ ਦੇ ਰਸਤੇ ਵਿੱਚ, ਭਾਵੇਂ ਇੱਕ ਸੰਗਤ ਦੇ ਮਾਰਗ ਖੇਡਿਆ ਹੋ ਕੇ ਸੰਗਤ ਵੱਲੋਂ ਚੱਲਦਾ ਹੈ। ਬੇਮੁਖ ਹੋ ਕੇ ਸਿੱਧਾ ਚੋੜ ਅਪੀਠਾ ਬੁਣਨਾ, ਸਿੱਧਾ ਜਿਹਾ ਪਰਮੇਸ਼ੁਰ ਦੇ ਸਰਮੁਖ ਮਨ ਨੂੰ ਰੱਖਣਾ, ਵਾਹਿਗੁਰੂ ਦੇ ਭਾਵੇਂ ਨੂੰ ਮੰਨਣਾ ਤੇ ਸਿੱਧਾ ਸੁਣਨ ਵਾਲਾ ਸੁਭਾਅ ਸੱਜਾ ਪਾਸਾ ਜਿਹੜਾ ਜੇ ਚੱਲਦਾ ਹੈ। ਬੇਮੁਖ ਹੋ ਕੇ ਸਿੱਧਾ ਚੋੜ ਅਪੀਠਾ ਬੁਣਨਾ, ਸਿੱਧਾ ਜਿਹਾ ਪਰਮੇਸ਼ੁਰ ਦੇ ਸਰਮੁਖ ਮਨ ਨੂੰ ਰੱਖਣਾ, ਵਾਹਿਗੁਰੂ ਦੇ ਭਾਵੇਂ ਨੂੰ ਮੰਨਣਾ ਤੇ ਸਿੱਧਾ ਪੁੰਨਾਂ ਵਾਲਾ ਸੁਭਾਅ ਸੱਜਾ ਪਾਸਾ ਜਿਹੜਾ ਹੈ ਸਿੱਧਾ ਚੱਲਣਾ, ਪਰਮੇਸ਼ੁਰ ਦੇ ਸਨਮੁਖ ਗੁਰਾਂ ਦੇ ਸਨਮੁਖ ਰਹੇ ਹਾਂ, ਇਹਨੂੰ ਸਰਵਤਾ ਤੋਂ ਅਪੁੱਠਾ ਬੁਣਨਾ। ਅਪੁੱਠਾ ਜਿਵੇਂ ਕੋਈ ਮੰਜਾ ਬੁਣੇ, ਇਸੇ ਪ੍ਰਕਾਰ ਪੁੱਠੇ ਕਰਮ ਕਰਦਾ ਹੈ, ਬੁਣਤੀ ਇਹੀ ਵੀ ਬੁਣਦਾ ਹੈ, ਆਪਦੇ ਜਾਣੇ ਗਿਆਨ ਦੇ ਬੁਣਤੀ ਬੁਣਦਾ ਹੈ, ਉਲਟੀਆਂ ਗੱਲਾਂ ਨੂੰ ਸਿੱਖੀਆਂ ਸਮਝਦਾ। ਕਹਿੰਦਾ ਸਾਨੂੰ ਜਿਹੜਾ ਹੈ ਇਹ ਭਾਈ ਸੱਚ ਨਹੀਂ ਚੁਗਦਾ, ਝੂਠ ਬੋਲਣਾ ਹੀ ਸਾਨੂੰ ਫਰਦਾ ਹੈ। ਇਸ ਪ੍ਰਕਾਰ ਸਿੱਧਾ ਰਸਤਾ ਜੋ ਸਤਸੰਗ ਦਾ ਵੀ ਛੱਡ ਦਿੱਤਾ ਹੈ, ਇਹ ਪੁੱਛਾ ਪਾਪਾਂ ਵਾਲਾ ਹੀ ਹਰ ਵਕਤ ਬੁਣਤੀ ਬੁਣਦਾ ਰਹਿੰਦਾ ਕਰਦਿਆਂ ਕਰਮ। ਦੋਹਾ ਸਰਿਆ ਕਾ ਖਸਮ ਪ੍ਰਭ ਸੂਲ, ਐਸਾ ਸਿੱਧੇ ਵਾਲਿਆਂ ਦਾ, ਸੱਜੇ ਤੇ ਖੱਬੇ ਜਾਣ ਵਾਲਿਆਂ ਦਾ, ਪਾਪ ਤੇ ਪੁੰਨ ਦਾ ਚੱਲਣ ਵਾਲਿਆਂ ਦਾ ਮਾਲਕ ਦਾ ਇੱਕੋ ਹੀ ਹੈ, ਦੋਹਾਂ ਤਰਫ਼ ਦਾ ਲੋਕ ਪ੍ਰਲੋਕ ਦਾ। ਜਿਸ ਮੇਲੇ ਨਾਨਕ ਸੋ ਮੁਕਤਾ ਹੋਈ, ਜਿਹਨੂੰ ਸਤਸੰਗਤ ਨਾਲ ਮੇਲ ਕੇ ਕੁਸੰਗਤ ਛਡਾ ਦੇਵੇ, ਔਗਣ ਛਡਾ ਦੇਵੇ, ਉਹ ਸਤਿਗੁਰੂ ਜੀ ਕਹਿੰਦੇ ਸੰਗਤ ਨਾਲ ਮੇਲ ਕੇ ਜਿਹਨੂੰ ਮੇਲ ਲਵੇ ਉਹ ਪੁਰਖ ਮੁਕਤਾ ਹੁੰਦਾ ਹੈ। ਗੌੜੀ ਦੁਆਰੇ ਦੀ ਮਹੱਲਾ ਪੰਜਵਾਂ, ਕਲ ਯੁਗ ਮਹਿ ਮਿਲ ਆਏ ਸੰਜੋਗ। ਹੋਈ ਐਸੀ ਇਸਤਰੀ ਸੀ ਜਿਹਦਾ ਆਚਾਰ ਬੜਾ ਭੈੜਾ ਸੀ, ਆਪਣੇ ਪਤੀ ਦਾ ਧਰਮ ਵਿੱਚ ਕਾਇਮ ਨਹੀਂ ਸੀ। ਉਹ ਅੰਮ੍ਰਿਤਸਰ ਸਾਹਿਬ ਦੇ ਕਿਸਾਨ ਸਿੰਘ ਦੀ ਫਤਿਹ ਹੋਣ ਵਾਸਤੇ ਚੱਲੀ, ਲੋਕ ਬੜੇ ਇਕੱਠੇ ਹੋ ਗਏ, ਇਕੱਠੇ ਹੋ ਕੇ ਰਾਏ ਨੂੰ ਵੇਖਣ ਵਾਸਤੇ ਚੱਲੇ ਵੀ ਫਤਿਹ ਹੋਣ ਚੱਲੀ ਹੈ, ਤੇ ਹਾਲਤ ਉਹਦੀ ਇਹ ਸੀ ਆਪਣੇ ਪਤੀਆਂ ਨੂੰ ਪਸੰਦ ਨਹੀਂ ਸੀ ਆਏ, ਅੱਖਾਂ ਨੂੰ ਮਾਰਿਆ ਸੀ, ਫਿਰ ਲੋਕਾਂ ਨਿੰਦਿਆ ਕਰਨ ਤੋਂ ਉਹਦੇ ਨਾਲ ਫਤਿਹ ਹੋਣ ਵਾਸਤੇ ਚੱਲੀ ਸੀ। ਗੁਰੂ ਮਹਾਰਾਜ ਸਾਹਿਬ ਦੇ ਪਾਸ ਚੱਲ ਕੇ ਮਹਾਰਾਜ ਜੀ ਸਤੀ ਹੋਣਾ ਬੜਾ ਹੀ ਗੁਣ ਹੈ, ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਉਚਾਰਦੇ ਹਨ। ਕਲ ਯੁਗ ਮਹਿ ਮਿਲ ਆਏ ਸੰਜੋਗ, ਜੀ ਕਹਿੰਦੇ ਭਾਈ ਕਲ ਯੁਗ ਦੇ ਸਮੇਂ ਚ ਪੂਰਵਲੇ ਕਰਮਾਂ ਦੇ ਸੰਯੋਗ ਕਰਕੇ ਜੀਵ ਇਸਤਰੀ ਦੇ ਪਤੀ ਆਦਿਕ ਸੰਯੋਗ ਦੇ ਸੰਬੰਧ ਵਿੱਚ ਮਿਲ ਕੇ ਆ ਗਏ ਹਨ। ਜਿਚਰ ਆਗਿਆ ਤਿਚਰ ਭੋਗ ਹੈ ਭੋਗ, ਮਹਾਰਾਜ ਦੀ ਆਗਿਆ ਉਹਨਾਂ ਚਿਰੇ ਜੀਵ ਭੋਗਾਂ ਨੂੰ ਭੋਗਦੇ ਹਨ। ਜਲੈ ਨਾ ਪਾਈਐ ਰਾਮ ਸਨੇਹੀ, ਜਿਹੜੀ ਇਸਤਰੀ ਜਲ ਜਾਂਦੀ ਹੈ ਤੇ ਬਕਾਰ ਨਹੀਂ ਛੱਡਦੀ, ਪਤੀ ਵਰ ਧਰਮ ਵਿੱਚ ਕਾਇਮ ਨਹੀਂ, ਉਹ ਜਿਉਂ ਦੀ ਸਤੀ ਹੋ ਕੇ ਚਿਖਾ ਤੇ ਚੜ੍ਹ ਜਾਂਦੀ ਹੈ, ਇਉਂ ਆਪਣਾ ਰਾਮ ਦਾ ਰੂਪ ਸਨੇਹੀ ਪਿਆਰਾ ਪਤੀ ਨੂੰ ਨਹੀਂ ਉਹ ਪਾ ਸਕਦੀ ਹੈ। ਕਿਰਤ ਸੰਯੋਗ ਸਤੀ ਉੱਠ ਹੋਈ, ਉਸ ਨੂੰ ਕਿਸੇ ਨੂੰ ਅੱਗੇ ਸਾੜਿਆ ਹੋਣਾ ਅੱਗ ਵਿੱਚ ਪਾ ਕੇ, ਉਹ ਜਿਹੜੇ ਕਰਮ ਹੈ ਉਹਨੂੰ ਉਸ ਦਾ ਡੰਡ ਦੇਣਾ, ਉਹ ਮੁਰਦੇ ਦੇ ਨਾਲ ਆਪਦੇ ਮਾਲਕ ਨਾਲ ਸੜਨ ਲੱਗੀ ਹੈ, ਇਹ ਕੀਤੇ ਹੋਏ ਕਰਮਾਂ ਦਾ ਸੰਯੋਗ ਆ ਗਿਆ, ਇਸ ਕਰਕੇ ਉਹ ਚਿਖਾ ਤੇ ਚੜ੍ਹ ਕੇ ਸਤੀ ਹੋ ਜਾਂਦੀ ਹੈ, ਹੋਰ ਕੋਈ ਗੱਲ ਨਹੀਂ ਪਾਈ। ਇਸ ਪ੍ਰਕਾਰ ਵਿਭਚਾਰਨਾ ਇਸਤਰੀਆਂ ਆਪਣੇ ਪਤੀ ਦਾ ਸਾਥ ਸਵਰਗ ਚ ਨਹੀਂ ਪਾ ਸਕਦੀਆਂ। ਰਹਾਉ ਦੇਖਾ ਦੇਖੀ ਮਨ ਹੱਠ ਜਲ ਜਾਈ, ਫਲਾਨੀ ਲੜਕੀ ਜਿਹੜੀ ਸੀ ਉਹ ਸਤੀ ਹੋ ਗਈ। ਮਹਾਰਾਜ ਕਹਿੰਦੇ ਉਹ ਦੇਖੋ ਦੇਖੀ ਮਨ ਦੇ ਹੱਠ ਨਾਲ ਜਲ ਜਾਂਦੀਆਂ ਹਨ, ਚਿਖਾ ਤੇ ਚੜ੍ਹ ਜਾਂਦੀਆਂ ਹੰਕਾਰ ਦੇ ਨਾਲ। ਪ੍ਰੈ ਸੰਗ ਨਾ ਪਾਵੈ ਬਹੁ ਜੂਨ ਭਵਾਈਐ, ਪਤੀ ਦਾ ਸੀਲ ਸੁਭਾਅ ਨਹੀਂ ਰੱਖਦੀ, ਪਤੀ ਦੀ ਆਗਿਆ ਨਹੀਂ ਮੰਨਦੀ, ਅਨੁਸਾਰ ਹੋ ਕੇ ਵਰਦੀ ਨਹੀਂ, ਧਰਮ ਤੋਂ ਹੀਣੀ ਹੈ, ਕੁਕਰਮਾਂ ਵਿੱਚ ਵੀ ਵਿਚਾਰ ਕੇ ਲੱਗੀ ਹੋਈ ਹੈ। ਇਸ ਪ੍ਰਕਾਰ ਪ੍ਰੈ ਸੰਗ ਨਾ ਪਾਵੈ ਬਹੁ ਜੂਨ ਭਵਾਈਐ, ਪਤੀ ਦਾ ਸੰਗ ਨਹੀਂ ਪਾਵੇਗੀ, ਬਾਹਲੀਆਂ ਜੂਨਾਂ ਚ ਪਵਾਈ ਜਾਵੇਗੀ, ਵਾਰ ਵਾਰ ਟੇਢੀਆਂ ਜੂਨਾਂ ਚ ਭਰਮਦੀ ਹੋਵੇਗੀ। ਮਹਾਰਾਜ ਕਹਿ ਕਬੀਰ ਹਰ ਕਾ ਸਿਮਨ ਛਾੜ ਕੇ ਰਾਤ ਜਗਾਵਨ ਜਾਏ, ਸਰਪਣ ਹੋਏ ਕੇ ਉਤਰੇ ਜਾਏ ਆਪਣੇ ਖਾਏ, ਉਹ ਸਪਨੀ ਬਣ ਕੇ ਉਤਰੇਗੀ, ਆਪਦੇ ਬੱਚਿਆਂ ਨੂੰ ਆਪ ਖਾਣ ਵਾਲੀ ਬਣੇਗੀ।
ਕਬੀਰ ਹਰਕਾ ਸਿਮਨ ਛੱਡ ਕੇ ਹੋਈ ਰਾਖੇ ਨਾਰ ਗਦੀ ਹੋ ਕੇ ਔਤਰੇ ਭਾਰ ਸਹੇ ਮਨ ਚਾਰ ਇਹ ਦੰਡ ਉਹਨਾਂ ਨੂੰ ਮਿਲੇਗਾ ਬਾਹਲੀਆਂ ਜੂਨਾਂ ਚ ਭਰਮਾਏ ਜਾਣਗੇ ਇਸੇ ਜਿਹੜੇ ਇਸਤਰੀ ਪੁਰਸ਼ਾਂ ਨੇ ਇਸੇ ਪ੍ਰਕਾਰ ਕਲਯੁਗ ਮਹਿ ਮਿਲ ਆਏ ਸੰਯੋਗ ਇੱਥੇ ਸਾਧੂਆਂ ਦਾ ਅਰਥ ਵੀ ਕਰਨਾ ਜਿਹੜੇ ਆਪਣੇ ਆਪ ਨੂੰ ਸਾਧੂ ਕਹਾਉਂਦੇ ਹੈ ਇਹ ਕਲਯੁਗ ਦੇ ਵਿੱਚ ਸੰਯੋਗ ਪੂਰੇ ਪੁੰਨਾਂ ਦੇ ਕਰਮਾਂ ਦੇ ਫਲ ਕਰਕੇ ਜੀ ਮਨੁੱਖਾਂ ਦੇ ਵਿੱਚ ਆਏ ਹਨ ਜਿਚਰ ਆਗਿਆ ਤਿਚਰ ਭੋਗ ਹੈ ਭੋਗ ਦੀ ਆਗਿਆ ਉਹਨਾਂ ਚਿਰੇ ਜੀਵ ਸੰਸਾਰ ਦੇ ਉੱਤੇ ਹੋਏ ਪਦਾਰਥਾਂ ਨੂੰ ਭੋਗਣ ਵਾਲੇ ਹੋ ਕੇ ਭੋਗਦੇ ਹਨ ਜਲੈ ਨਾ ਪਾਈਏ ਰਾਮ ਸਨੇਹੀ ਜਿਹੜੇ ਪੰਜਾਂ ਧੂਣੀਆਂ ਜੇਠ ਦੇ ਮਹੀਨੇ ਲਾ ਲੈਂਦੇ ਹੈ ਇਉਂ ਭਾਈ ਧੂਣੀਆਂ ਨਾਲ ਸਰੀਰ ਨੂੰ ਜਲਣੇ ਕਰਕੇ ਸਾਧ ਬਣ ਕੇ ਜੋ ਰਾਮ ਪਿਆਰਾ ਸਨੇਹੀ ਹੈ ਉਹਦੀ ਪ੍ਰਾਪਤੀ ਨੀ ਕਦੇ ਹੋ ਸਕਦੀ ਕਿਰਤ ਸੰਯੋਗ ਸਤੀ ਉੱਠ ਹੋਈ ਉਹਦਾ ਕਿਸੇ ਨੂੰ ਧੂਣੀ ਜਿਵੇਂ ਅੰਗੀਠੀਆਂ ਦੇ ਪੁਲਿਸ ਵਾਲੇ ਜਿਹੜੇ ਅੰਗੀਠੀਆਂ ਦੇ ਵਿੱਚ ਚੋਰਾਂ ਨੂੰ ਠੱਗਾਂ ਨੂੰ ਉਹ ਮਨਾਉਣ ਵਾਸਤੇ ਬਿਜਲੀ ਦੀਆਂ ਅੰਗੀਠੀਆਂ ਦਿੰਦੇ ਆ ਤੇ ਉਹ ਤਬ ਦੇ ਵਿੱਚ ਝੱਟ ਚੋਰ ਮੰਨ ਜਾਂਦੇ ਹੈ ਇਸੇ ਪ੍ਰਕਾਰ ਕਿਰਤ ਸੰਯੋਗ ਸਤੀ ਉੱਠ ਹੋ ਕੀਤੇ ਸੀ ਕੋ ਕਰਮ ਮਾੜੇ ਉਹ ਮਾੜੇ ਕਰਮਾਂ ਦੇ ਸੰਯੋਗ ਕਰਕੇ ਕਿਸੇ ਨੂੰ ਸਾੜਿਆ ਹੋਣਾ ਉਹਦੇ ਸੰਯੋਗ ਕਰਕੇ ਹੁਣ ਸਾਧ ਬਣ ਬੈਠਾ ਧੂਣੀਆਂ ਪਾਉਣ ਲੱਗ ਗਿਆ ਰਹਾਉ ਦੇਖਾ ਦੇਖੀ ਮਨ ਹੱਠ ਜਲ ਜਾਈ ਸਰਕਾਰ ਭਾਈ ਦੇਖੋ ਦੇਖੀ ਪਖੰਡਾ ਵੀ ਦੂਆ ਸੱਤ ਧੂਣੀਆਂ ਪਾਉਂਦਾ ਮੈਂ ਵੀ ਪਾਵਾਂ ਇਉਂ ਮਨ ਦੇ ਹੱਠ ਕਰਕੇ ਐਵੇਂ ਧੂਣੀਆਂ ਤਾ ਤਾ ਕੇ ਕ੍ਰੋਧ ਆਦਿਕਾਂ ਦੇ ਵਿੱਚ ਕਿਸੇ ਨੂੰ ਸ਼ਰਾਫ ਦੇ ਦਿੱਤਾ ਕਿਸੇ ਦਾ ਮੁਕੱਦਮਾ ਜਿਤਾਤਾ ਇਉਂ ਮਨ ਦੇ ਹੱਟ ਕਰਕੇ ਜਲ ਜਾਂਦੇ ਹਨ ਕ੍ਰੋਧੀ ਆਦਮੀ ਰਹਿ ਸੰਗ ਨਾ ਪਾਵੇ ਬਹੁ ਜੂਨ ਭਵਾਈ ਹੈ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਨੂੰ ਨਹੀਂ ਪਾ ਸਕਦੇ ਐਸੇ ਪੁਰਖ ਬਾਹਲੀਆਂ ਜੂਨਾਂ ਚ ਭੁਆਏ ਜਾਂਦੇ ਹਨ ਪਰਮੇਸ਼ੁਰ ਨੀ ਉਹਨੂੰ ਪ੍ਰਾਪਤ ਨਾ ਧੂਣੀਆਂ ਤੋਣੇ ਕਰਕੇ ਸੀਲ ਸੰਜਮ ਤੈ ਆਗਿਆ ਮਨ ਹੁੰਦੀ ਹੈ ਜਿਹੜੀ ਸੀਲ ਨਰਮ ਸੁਭਾਅ ਵਾਲੀ ਹੋਵੇ ਸੰਜਮ ਪਰਾਏ ਪੁਰਖਾਂ ਨੂੰ ਅਵਰਾਂ ਦੇਖਣਾ ਸੁਣੇ ਉਹ ਪਾਖੇ ਹੋਰ ਕਿਸੇ ਦੇ ਪਤੀਆਂ ਦੀਆਂ ਗੱਲਾਂ ਨਾ ਸੁਣੇ ਤੇ ਨਾ ਉਹਦੇ ਵੱਲ ਵੇਖੇ ਉਹਦੇ ਰੂਪ ਵੱਲ ਨਾ ਗੁਪਤ ਗੱਲਾਂ ਕਰੇ ਉਹਦੇ ਨਾਲ ਕਿਉਂ ਸੰਜਮ ਜਿਹੜੀ ਰੱਖੇ ਤੇ ਪਤੀ ਦੀ ਆਗਿਆ ਨੂੰ ਮੰਨੇ ਸੀਲ ਸੰਜਮ ਸੀਲ ਸੰਜਮ ਤੈ ਆਗਿਆ ਮਨ ਨਰਮ ਸੁਭਾਅ ਹੋਵੇ ਸੰਜਮ ਇੰਦਰੀਆਂ ਦਮਨ ਕੀਤਾ ਹੋਇਆ ਹੋਵੇ ਪਤੀ ਦੀ ਆਗਿਆ ਮੰਨਣ ਵਾਲੀ ਹੋਵੇ ਇਸ ਨਾਰੀ ਕੋ ਦੁੱਖ ਨਾ ਜਮਾਨਾ ਉਹ ਸਤਰੀ ਨੂੰ ਜਮਾਂ ਦਾ ਦੁੱਖ ਕਦੇ ਨਹੀਂ ਹੁੰਦਾ ਜਮਾਨੇ ਸੰਸਾਰ ਚ ਵੀ ਦੁੱਖ ਨਹੀਂ ਹੁੰਦਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਜਮਾਂ ਹੀ ਕੋਈ ਦੁੱਖ ਨਹੀਂ ਕਿਸੇ ਪ੍ਰਕਾਰ ਦਾ ਹੁੰਦਾ ਕਹੋ ਨਾਨਕ ਜਿਨ ਪਿਰੋ ਪਰਮੇਸ਼ੁਰ ਕਰ ਜਾਣਿਆ ਇਸਤਰੀ ਨੇ ਆਪਣੇ ਪਤੀ ਨੂੰ ਪਰਮੇਸ਼ੁਰ ਦਾ ਰੂਪ ਕਰਕੇ ਜਾਣਿਆ ਹੈ ਧੰਨ ਸਤੀ ਦਰਗ ਹੈ ਪਰਵਾਨਿਆ ਕਹਿੰਦੇ ਧੰਨ ਉਹ ਬੀਬੀ ਸਦ ਵਾਲੀ ਹੈ ਵਾਹਿਗੁਰੂ ਦਰਗਾਹ ਚ ਪ੍ਰਵਾਨ ਹੈ ਸਤੀਆਂ ਇਹ ਨੂੰ ਆਖਿਆ ਜੇ ਮੜੀਆਂ ਲੱਗ ਜੇ ਲਾਨਾ ਨਾਨਕ ਸਤੀਆਂ ਜਾਣੀ ਜੇ ਬਿਰਹੇ ਚੋਟ ਮਰਾਨਾ ਇਸ ਪ੍ਰਕਾਰ ਸਾਧ ਸੰਗਤ ਜੀ ਪਦਮਾਵਤੀ ਸਤੀ ਸੀ ਬੀਬੀ ਜਿਹੜੀ ਜੈਦੇ ਭਗਤ ਦੇ ਘਰੋਂ ਪਦਮਣੀ ਪਦਮਾਵਤੀ ਸੀ ਇਹ ਜਿੱਥੇ ਰਹਿੰਦੀ ਸੀ ਪੀਪਾ ਰਾਜਾ ਜਿਹੜਾ ਸੀ ਉਸਦੇ ਸੰਗਤ ਕਰਕੇ ਜੈਦੇ ਭਗਤ ਦੀ ਇਹਨ ਭਗਤੀ ਦੀ ਮੱਤ ਪਾਈ ਸੀ ਇੱਕ ਦਿਨ ਦੀ ਗੱਲ ਹੈ ਜਿਹੜੀ ਇਹ ਸੀਗੀ ਆਪਣੇ ਪੀਪੇ ਭਗਤ ਦੀ ਸੀਤਾ ਰਾਣੀ ਇਸਦੇ ਭਰਾਵਾਂ ਦੇ ਗੁਜ਼ਰਨੇ ਕਰਕੇ ਇਹਦੀਆਂ ਜਿਹੜੀਆਂ ਭਰਜਾਈਆਂ ਸੀ ਉਹ ਸਤੀ ਹੋਈਆਂ ਜੋ ਸਤੀ ਹੋਈਆਂ ਇਹ ਲੱਗੀ ਵਡਿਆਈ ਕਰਨ ਵਡਿਆਈ ਜਿਸ ਵੇਲੇ ਕੀਤੀ ਤੇ ਤੁਹਾਨੂੰ ਮੇਰੀਆਂ ਭਰਜਾਈਆਂ ਹਨ ਜਿਹੜੀਆਂ ਸਤੀਆਂ ਮੇਰੇ ਭਰਾਵਾਂ ਨਾਲ ਹੋ ਗਈਆਂ ਇਹ ਸੁਣ ਕੇ ਕਹਿਣ ਲੱਗੀ ਪਦਮਾਵਤੀ ਜਿਹੜੀ ਸੀ ਜੈਦੇ ਭਗਤ ਦੇ ਘਰ ਵਾਲੀ ਕਹਿਣ ਲੱਗੀ ਇਹਨਾਂ ਦਾ ਨਾਂ ਸਤੀਆਂ ਨਹੀਂ ਹੁੰਦਾ ਬੀਬੀ ਸਤੀਆਂ ਉਹ ਹੁੰਦੀਆਂ ਰਾਣੀ ਜਿਹੜੀਆਂ ਪਤੀ ਦੇ ਵਿਛੋੜੇ ਦੇ ਨਾਲ ਉਸੇ ਵੇਲੇ ਸਰੀਰ ਛੱਡ ਜਾਣ ਇਹ ਗੱਲ ਸੁਣ ਕੇ ਕਹਿਣ ਲੱਗੀ ਮੈਂ ਤੈਨੂੰ ਵੇਖਾਂਗੀ ਤੇ ਨਿੰਦਿਆ ਕੀਤੀ ਮੇਰੀਆਂ ਭਰਜਾਈਆਂ ਦੀ ਕੋਈ ਸਮਾਂ ਗੁਜ਼ਰ ਗਿਆ ਇੱਕ ਦਿਨ ਜੈਦੇਵ ਭਗਤ ਜੀ ਨੂੰ ਪੀਪੇ ਨੂੰ ਸਿਖਾ ਕੇ ਸ਼ਿਕਾਰ ਵਾਸਤੇ ਜੈਦੇਵ ਨੂੰ ਨਾਲ ਲੈ ਗਿਆ ਪੀਪਾ ਸ਼ਿਕਾਰ ਜਦੋਂ ਗਿਆ ਉੱਥੇ ਜੈਦੇਵ ਦਾ ਸਮਾਧੀ ਲਾ ਕੇ ਬੈਠ ਗਿਆ ਇਹਦੇ ਵਸਤਰ ਉਤਾਰ ਕੇ ਨਵੀਂ ਪੁਸ਼ਾਕ ਪਹਿਨਾਤੀ ਪੀਪੇ ਨੂੰ ਸਿਖਾਏ ਨੇ ਰਾਣੀ ਦੇ ਨੇ
नवी पोशाक बना के जो लीले पा के भी अस करो शिकार के लहू के नाल धो के रानी के कोले भेज के रानी लैके सीता जी रानी सी ये लैके पद्मावती के कोले गई। पद्मावती कहंदी लै तू कहंदी सी तेरिया भरजाइया सची नहीं हो सकदियां तेरा पति जेड़ा सी जयदेव भगत अज शेर न मारता है ओदी पोशाक है लहू की लिबड़ी हुई। ये सुन करके पद्मावती का होके नाल ही श्वास निकल गया। उस वे फिर जदों गुजर गई भगत की भगतनी उस वक्त साहब सिंह जी पीपे नूं बड़ा विराग हो पीपा चिखा बना के सड़न लगा भी राणी ने मेरे पास में पास कराया भगत की स्त्री मेरे पासों गुजर गई के मैं ना लिया शिकार के लहू के लिबड़े लीड़े पहले लड़क ना गुजरती। उस वे फिर जयदेव भगत जी पता लगा समाधि चो उठ के आए कह लगे हे पीपा तू क्यों मरदा ए उम्र ही इनी सी ए शरीर छड़ गई चिंता ना कर। कहिंदा नहीं जी मैं तो जरूर मर जाना मेरे को पाप होया। उस वे कह लगे तू फिर जिंदा किवें रह सकदा महाराज जी जिंदी हो जाए। उस वे जयदेव भगत जी ने सतनाम कह के उस जल छिड़किया ते परमावती जीवंदी हो गई सी। इस प्रकार साहब सिंह जी फिर उस सीता ने भगती करने वास्ते लगी सी पीपे दे नाल मिलके जाके रामानंद दे पास उपदेश लिया सी। भगत महाराज कथा आउंदी साहब सिंह जी इस प्रकार महाराज कहंदे हन कहो नानक जिन पिरो परमेश्वर कर जानिया जिन्हें आपके पति नूं परमेश्वर करके जानिया धन सती दरगह परवानिया सतियां हम दुर्गाज प्रमाण ली कहन एवें नी जले न पाइये राम स्नेही। तो सती पाप कर सत कमा है पाप कर दिए ते फिर सत कहाउंदियां ओह सतियां नहीं पा सकदियां। इसे प्रकार सील सिंह शील संजम प्रह आ गया मामले सुभा रखन साधु बन के अपने आप संजम इंद्रियों का दमन करन किसी वाल झाकण ना वकार की दृष्टि नाल किसी बाल बाली नूं चेली चालां ना बनाउण दी इच्छा रखन ते प्रह अकाल पुरख वाहिगुरु की आग्ञा नूं मनन पाणे भी चलण वाले होण। जिस नारी को दुख ना जमाना नारियां भी नहीं जो सती साध है उन्होंने जमा का दुख नहीं हुंदा जमाने संसार का दुख नहीं हों जमा उका ही दुख नहीं कदे हों किसी प्रकार का दुखा तो रहत हो जाते हैं। कहो नानक जिन पिरो परमेश्वर कर जाने देव जी कहते हैं जिन्हों ने पति अकाल पुरख न सारा ने आपका वाहिगुरु पति मनिया है धन सती दरग है परवान सती साध है वाहिगुरु दुर्गाज प्रमाण लीक हैं। कहो नानक जिन पिरो परमेश्वर कर जाने धन सती दरग है परवान गौड़ी ग्वारे री महला पंजवा हम धनवंत भागठ सच नाय। वाहिगुरु जी का खालसा वाहिगुरु जी की फतेह। सतगुरु जी साजी नवाजी गुरु खालसा साहब संगत जी जदों सतगुरु अर्जुन देव महाराज साहब जी ने श्री गोइंदवाल साहब तो चौहान सतगुरों की बाणी भाई मोहन जी के पासों लैके श्री अमृतसर साहब विच आए हैं अड़सठ घाट के उत्ते महाराज साहब जी ने बैठ के भाई बुढ़े साहब जी ने ड्यूटी लाई के सारी रात जागरा करो इथे पोथी साहब के पास कीर्तन करते रहो सारी रात। बाबा बुढ़ा साहब जी ने सारी रात जागरा करके संगत नूं मिला के कीर्तन किया अड़सठ घाट के उत्ते जदों अमृत वेले गुरु महाराज साहब जी महलों विचों आए दरबार साहब हरिमंदर साहब जी दर्शन करके आप जी ने उस वेले श्री गुरु ग्रंथ साहब जी ने जो पोथियां सी चौहान सतगुरां दी बाणी अमृत रूप महाराज साहब जी ने उस वेले शब्द उच्चारण किया पोथी परमेश्वर का थान ये सारंग विच गुरु साहब जी ने शब्द उच्चारण किया है। ये शब्द नूं गुरु साहब ने अड़सठ घाट से उच्चारण किया फिर पोथियां नूं जाके रामसर जदों महाराज ने थां पसंद किया उस स्थान दे विच सरोवर छोटा जिहा पटवा के उसका नाम रामसर तीर्थ रखिया महाराज जी ने
महात्म उच्चारण किया कि सच्चे पातशाह जी ने नित तक महावर राम सर की जाए ये शब्द भी उसे उच्चारण किया जब तंबू ला के पोथी साहबा नु प्रकाश किया पोथिया नु प्रकाश करके चौहान सतगुरां दी बाणी वेख के गुरु साहब बड़े प्रसन्न होए श्री गुरु अर्जन देव जी आमसर विच यह पवित्र शब्द से उच्चारण किया जिथे साहब श्री गुरु ग्रंथ साहब जी बैठ के लिखाए है सोने का जो दरबार साहब बनिया होया है रामसर विच उस जगह से शब्द मारन श्री गुरु कहा पाठिया की बाणी के दर्शन करके अमृत रूप शब्द उच्चारण किया है। इस प्रकार का गौड़ी ग्वारे री महला पंजवा हम धनवंत भाग सच नुरु अर्जुन ने फरमान हे गुरसिखो भाई बुढ़ा साहब भाई गुरदास साहब महापुरखो हम धनवंत असि भाई धन वाले हाँ किस प्रकार मारे धन वाले हो महाराज कहते भागत सच ना है सचे नाम रूपी धन करके असि भागत शाहूकार बने हाँ सचे नाम रूपी धन वाले असि हाँ सतगुरु नानक देव गुरु अंगद साहब गुरु अमरदास साहब गुरु रामदास साहब ने यह नाम का खजाना बख्शिया है इस नाम रूपी धन करके असि धन वाले हाँ सच नाम धन करके असि धन वाले हाँ धन वाले कौन होंगे भागत शाहूकार होंगे है भागा वाले शाहूकार हर गुण गाव है सहज सुभा सतगुरां दा प्राप्त होया है ये समर्थ बाणी करके हरि दे गुणा नु सुते सिद्धि गाया करांगे जिन्ने प्राणी मिलणगे गुरबाणी दे नाल सुते वाहिगुरु दे गुणा नु गाया करनगे उन्हां नु शांति सुभाव प्राप्त होया करेगा सहजे सुभाष हो पाए प्रकाश रूप दा प्रकाश होवेगा जो हरि दे गुणा नु गावै गौणा करनगे रहाओ पियु दादे का खोल डिठा खजाना ए पिता गुरु रामदास साहब सच्चे पातशाह दादे गुरु अमरदास साहब दा नाने जो सतगुरु दे लगदे सन उस तरह पियु दादे ते जिवे है पोता परवान जिवें वाक आउंदे है सच्चे बलवंत दी वार विच पिता गुरु नानक साहब जी अते इस प्रकार पिता गुरु अंगद साहब जी अते दादे गुरु नानक देव जी ते पोतरे गुरु अमरदास साहब जी इसे प्रकार इथे वचन कहे हन पियु दादे का खोल डिठा खजाना पिता सतगुरु नानक देव श्री गुरु अमर रामदास साहब जी दादे गुरु अमरदास साहब जी दा अते फिर परदादे श्री गुरु राम अंगद साहब जी दा सकल परदादे श्री गुरु नानक देव जी दा एक खजाना असी खोल के वेख्या गुरबाणी का भंडार एक खोजना कीता है ता मेरा मन भया निधाना इसे प्रकार पियू दादे का खोल दिखा खजाना पिता सतगुरु रामदास जी दादे गुरु अमरदास साहब जी फिर पिता गुरु अंगद साहब जी दादे गुरु नानक साहब जी उन्हों का खजाना खोल के वेखना कीता है पियु दादे का खोल दिता खजाना पिता जो संतोख दे देन वाले सतगुरु महाराज साहब गुरु नाले पिता हन नाले गुरु हन गुरु रामदास साहब जी दादे श्री गुरु अमरदास साहब नाले नाने हन नाले दादे हन अते नाम दा खजाना दिया दातां देन वाले फिर पिता श्री गुरु अमरदास साहब जी ए दादे गुरु अंगद साहब जी हन फिर पिता गुरु अंगद साहब जी ते दादे गुरु नानक देव जी हन इस प्रकार उन्हों का जरा खजाना सी एक गुरबाणी का इस खोल के देखा है तीन जो पति परमेश्वर है दादे दाता दे देने वाला ओदा खजाना सतगुरु नानक का चौह सतगुरां दी बाणी का खजाना प्रकाश करके देखा है ता मेरा मन भया निधाना उन्हों का साडे मन च निधियां का आना होया है नौ निधियां अठारह सिद्धियां रिधियां सब आके प्राप्त हुई हैं ता साडे मन दे च निधाना ना चातर का प्राप्त हो गई है गुरबाणी के उचारण की रचन की श्री ग्रंथ साहब की रचन की ये निधियां गुरबाणी भाव भगती दियां नौ निधियां अठारह सिद्धियां आना होया है निध सिद्ध रिद हर हर मेरे
परमेश्वर का नाम ही खजाना है साडा रतन लाल जाका कसी नाम गुरु साहब के जेडे बचन है वराग मरी जेडे बचने रतन हन के गुरका सौ रताना हीरे जित जड़ा जो प्रेम बारे बचन जो लाल हैं जिन्हों का कुछ मुल नहीं है बेकीमते हैं जिवे ताने शाह को जेड़ा हीरा सी ओ पातशाही दिल्ली के नौ तिगुणा कीमत का सी इं मुल नहीं इन्हों का कोई दिल्ली की तिगुणी बादशाही या स्वर्ग का सुख या ब्रह्म लोक का सुख या वैकुंठ दियां मुक्तियां मुक्त बकरी की ज्ञानी त्यागे ऐसा नाम का खजाना है रतन वराग रतन गुरां दा शब्द ते लाल प्रेम लाल प्यारे दा प्यार जिदा कोई मुल नी कीमत नी लाख करोड़ी मिले न के है परे भंडार अखूट अतूट सतगुरु साहब जी दे जिहड़े शब्द है ए भंडारे हन भरे होए हन अखूट खुटन तो रहत मुकदे नहीं हन ते तोलन मापन तो रहत है बुद्धि रूपी त्राजू नाल शास्त्र प्रमाण भी बट्टा पा के तोले नहीं जाते महाराज के सबर जेड़े हैं ते मुकदे नहीं किसे प्रकार जिस प्रकार कर्म कांड मुक जांदा है फिर उपासना कांड मुक जांदा है फिर ज्ञान कांड समाप्त हो जांदा है मुकण वाली चीज नहीं अखुट है त्रिगुण विषय वेदा तिना गुणा नु विषय वेद कर दो नुखुट रहने वाली चीज है ਇਹ ਖੁੱਟ ਖਜਾਨੇ ਹੈ ਤੁਹਾਨੂੰ ਮਾਪਣ ਤੋਂ ਰਹਿਤ ਹੈ ਖਾਵ ਹੈ ਖਰਚ ਹੈ ਰਲ ਮਿਲ ਭਾਈ ਇਹ ਮਾਰਾ ਮੁਕਦੇ ਕਿਉਂ ਨੀ ਸਾਹਿਬ ਕਹਿੰਦੇ ਨੇ ਆਪ ਭਾਈ ਖਾਣਾ ਕਰੀਏ ਖਰਚ ਨਾ ਕਰੀਏ ਹੋਰਨਾਂ ਨੂੰ ਵਰਤਾਉਣਾ ਕਰੀਏ ਰਲ ਮਿਲ ਭਾਈ ਰਲ ਕਰਕੇ ਮਿਲ ਕਰਕੇ ਹੈ ਭਾਈ ਸਰੀਰ ਕਰਕੇ ਰਲ ਕੇ ਮਨ ਨਾਲ ਮਿਲ ਕਰਕੇ ਟੋਟ ਨਾ ਆਵੇ ਵੱਧ ਦੂਜਾ ਇਹ ਖਜ਼ਾਨਾ ਕਦੇ ਟੋਟਾ ਨਹੀਂ ਆਉਂਦਾ ਵੱਧਦਾ ਜਾਂਦਾ ਹੈ ਜਿਵੇਂ ਜਿਵੇਂ ਜਪੀ ਉਵੇਂ ਬਹੁਤਾ ਹੁੰਦਾ ਜਾਂਦਾ ਹੈ ਸੋ ਇਸ ਪ੍ਰਕਾਰ ਖਾਵੇ ਖਾਵੇ ਆਪ ਧਾਰਨ ਕਰੀਏ ਖਰਚੇ ਹੋਰਨਾਂ ਨੂੰ ਉਪਦੇਸ਼ ਦੇਈਏ ਖਾਵੇ ਸਰਵਣ ਕਰੀਏ ਮੰਨਣ ਕਰੀਏ ਅਤੇ ਖਰਚੀਏ ਹੋਰਨਾਂ ਨੂੰ ਉਪਦੇਸ਼ ਦੇਈਏ ਰਲ ਕਰਕੇ ਪਰਮੇਸ਼ਰ ਦੀ ਜੋਤ ਵਿੱਚ ਇਸ ਪ੍ਰਕਾਰ ਆਪੋ ਵਿੱਚ ਸਾਰੇ ਗੁਰ ਭਾਈ ਬਣ ਜਾਈਏ ਗੁਰੂ ਤੇ ਚੇਲੇ ਦੀ ਸੰਧ ਮਿਲਾ ਕੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਏਕਤਾ ਪ੍ਰਾਪਤ ਕਰੀਏ ਇਸ ਪ੍ਰਕਾਰ ਮਨ ਦੀ ਬਿਰਤੀ ਨਾਲ ਰਲ ਕਰਕੇ ਅਤੇ ਲਿਵ ਦੇ ਨਾਲ ਮਿਲ ਕਰਕੇ ਹੇ ਭਾਈ ਆਪ ਖਾਈਏ ਤੇ ਖਰਚੀਏ ਧਾਰਨ ਕਰੀਏ ਹੋਰਨਾਂ ਨੂੰ ਉਪਦੇਸ਼ ਦੇਈਏ ਗੁਰਾਂ ਦੇ ਨਾਮ ਦੇ ਖਜ਼ਾਨੇ ਦਾ ਤੋਟਾ ਨਹੀਂ ਆਉਂਦਾ ਜਿਵੇਂ ਜਿਵੇਂ ਜਪੀਏ ਉਵੇਂ ਵੱਧਦਾ ਜਾਂਦਾ ਜਿਵੇਂ ਇੱਕ ਦਾਣਾ ਹਜ਼ਾਰ ਹਜ਼ਾਰ ਗੁਣਾ ਹੋ ਕੇ ਉਗਦਾ ਕਿਉਂ ਲੱਖਾਂ ਕਰੋੜਾਂ ਗੁਣਾ ਹੋ ਕੇ ਵੱਧਦਾ ਜਾ ਰਿਹਾ ਹੈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਸ ਦੇ ਮੱਥੇ ਦੇ ਉੱਤੇ ਸੱਚੇ ਪਾਤਸ਼ਾਹ ਜੀ ਤੋਂ ਪੂਰਵਲੇ ਨਿਸ਼ਕਾਮ ਕਰਮਾਂ ਦਾ ਲੇਖ ਲਿਖਾ ਕੇ ਆਇਆ ਹੈ ਗੁਰਸਿੱਖੀ ਦੀ ਪ੍ਰਾਪਤੀ ਵਾਸਤੇ ਤੋ ਇਹ ਤਾਂ ਖਜ਼ਾਨਾ ਲਿਆ ਰਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਰਚਨੇ ਆ ਗੁਰਬਾਣੀ ਦਾ ਇਸ ਖਜ਼ਾਨੇ ਚ ਲੜਾ ਲੇ ਉਹਨਾਂ ਨੇ ਆਪਣਾ ਗੁਰੂ ਬਾਣੀ ਨੂੰ ਮੰਨ ਲਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਚਾਰੇ ਕਿਉਂ ਨਿਸ਼ਚਾ ਕਰ ਲਿਆ ਜਿਹਨਾਂ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕੀਤਾ ਉਹ ਇਹ ਖਜ਼ਾਨੇ ਚ ਰਲਾ ਲਏ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਾਂਝੀਵਾਲ ਬਣਾ ਲਿਆ ਇਸ ਖਜ਼ਾਨੇ ਦਾ ਸੋ ਇਸ ਭਗਤੀ ਰੂਪ ਖਜ਼ਾਨੇ ਦੇ ਚ ਰਲਾ ਕੇ ਭੇਦ ਕਰ ਲਏ ਹਨ ਮਹਾਰਾਜ ਨੇ ਗੌੜੀ ਮਹੱਲਾ ਪੰਜਵਾ ਡਰ ਡਰ ਮਰਤੇ ਜਬ ਜਾਨੀ ਹੈ ਦੂਰ ਇੱਕ ਵਾਰੀ ਸੁਲੀ ਦੀ ਚੜਾਈ ਸੁਣ ਕੇ ਸੰਗਤਾਂ ਬਹੁਤ ਭੈ ਭੀਤ ਹੋ ਗਈਆਂ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ ਭਾਈ ਡਰ ਡਰ ਮਰਤੇ ਜਬ ਜਾਨੀ ਹੈ ਦੂਰ ਜੀਆਂ ਦੇ ਡਰ ਕਰਕੇ ਪਾਤਸ਼ਾਹਾਂ ਦੇ ਡਰ ਕਰਕੇ ਉਮਰਾਵਾਂ ਦੇ ਡਰ ਕਰਕੇ ਉਹਨਾਂ ਚਿਰ ਹੀ ਡਰਦੇ ਡਰਾਏ ਮਰੀਦਾ ਹੈ ਜਿੰਨਾ ਚਿਰ ਪਰਮੇਸ਼ਰ ਨੂੰ ਦੂਰ ਜਾਣਿਆ ਹੈ ਜਾਣੀਦਾ ਹੈ ਡਰ ਜਨਾਂ ਦੇ ਡਰ ਕਰਕੇ ਡਰ ਜਨਾਂ ਦੇ ਡਰ ਕਰਕੇ ਮੌਤ ਦੇ ਡਰ ਕਰਕੇ ਉਹਨਾਂ ਚਿਰ ਮਰਦੇ ਰਹਿੰਦੇ ਜੀਵ ਜਿਨ੍ਹਾਂ ਚਿਰ ਦੂਰ ਪਰਮੇਸ਼ਰ ਨੂੰ ਜਾਣੀਏ ਜਾਣੀਦਾ ਹੈ ਡਰ ਚੂਕਾ ਦੇਖਿਆ ਭਰਪੂਰ ਜਦੋਂ ਵਾਹਿਗੁਰੂ ਨੂੰ ਸਾਰੇ ਵਿਆਪਕ ਵੇਖ ਲਿਆ ਉਦੋਂ ਕਿਸ ਤੋਂ ਡਰਨਾ ਹੈ ਜਦੋਂ ਆਪੇ ਜੋਤੀ ਸਰੂਪ ਆਪ ਹੈ ਸੋ ਇਉਂ ਡਰ ਚੱਕਿਆ ਗਿਆ ਜੋ ਵਿਆਪਕ ਵੇਖ ਲਿਆ ਉਸ ਰੂਪ ਨੂੰ ਸਤਿਗੁਰ ਆਪਣੇ ਕੋ ਬਲਿਹਾਰ ਇਹ ਬਾਤ ਕਿੱਥੋਂ ਮਿਲਦੀ ਸਤਿਗੁਰਾਂ ਤੋਂ
अपने सतगुरु नानक देव जी तो बलिहार कुर्बान जाइए छोड़ ना जाई सर पर तार मारे सार सके पारशा कैसे जो शरण आ जाता है उन्हें छड़ के किसे थान नहीं जाते हर वक्त अंग संग रहिंदे है सर पर जरूर वर जरूर सके पारशा संसार समुद्र तो उसन तार देंदे हैं जब कद रहाओ दूख रोग सोग बिसरा जब नाम ये जमन मरदे दुख उदो चिंबड़े है इधर आ जाओ भाई तुम अवतार सिंह पखा सो जाओ दुख उदो चिंबड़े हैं जिस वक्त महाराज का नाम भुल जाता है जमन मरण दे ते रोग भी होमे आदि उदो चिंबड़े जो नाम भुल जाता है अगे सोग उदो ही विछोड़ा हों जो परमेश्वर का नाम भुलता है सदा आनंद जा हर गुण गाम जे हरि के गुणा नु गाणा करिए तो सदा आनंद की प्राप्ति हुंदी है बुरा भला कोई ना कहिजे किसे नु बुरा ना कहो कोई आप नु भला ना कहो बुरा कहन नाल भी निंदा हुंदी है आप नु भला कहन नाल भी झूठ बोलना पैंदा है इस करके किसी नु बुरा भला ना कहो कोई किसे प्रकार का वाक किसे नु बुराई आला किसे नु भला जेड़ा भला भगत शब्द कहना है किसे आदमी की गुण ना होने के उन्हें भला कहना है कुशामत ओदी करनी है इस करके बुरा भला कोई वाक किसे नु कदे कहिए ही ना छोड़ मान हर चरण गही मान ना करिए मान छड़ के हरि अकाल पुरख दे चरण कमला नु कहिए पकड़ना करिए कहो नानक गुर मंत्र चिता गुरु साहब जी कहंदे ने भाई गुरु साहब का मंत्र अमृत नाम नु चितारना करो चित दे नाल सुख पाव है सच दरबार फिर सच्चे दरबार सचखंड विच सच्चे दरबार साध संगत विच सच्चे दरबार स्वरूप विच सुख नु पावोंगे गौड़ी महला पांजवा जाका मीत साजन है समिया ये भाई जिन्हों का मित्र अकाल पुरख वाहगुरु समिया समाया होया है जेड़ा सारे व्यापक है समरूप होके सारे च वरत रहा है वाशना तो रहत होके जिसनु किसे प्रकार की वाशना नहीं है सब वाशना तो समरूप होके व्यापक रूप होके वरत रहा है इस जन को कहो का की कमिया कहो तो भाई उस जन प्यारे नू केड़ी चीज की कमी रह जाती है रिद्धियां सिद्धियां सब ठाकुर करतल धरिया उन्होंने हाथी करी ते रखिया हुई है किसी प्रकार की कमी पेशी नहीं रही कमती नहीं रही किसी प्रकार की सब कुछ बहुत बहुत पाया जाकी प्रीत गोविंद स्यों लागी जिन्हों की प्रीति गोविंद परमेश्वर के नाल पृथ्वी की रक्षा करने वाले नाल लग गई है दुख दर्द भ्रमता का भागी उन्हों का जमन मरण का दुख अविद्या दिया जो दर्दा पीड़ा हैं स्वरूप का जो धर्म है इन्हों का भज गया निवृत्त हो गया है रहाओ जा कहो रस हर रस है आयो जिन्हों साहब संगे जी दुनिया के जेडे रस है शब्द स्पर्श रूप रस गंध इन्हों रसा का त्याग करके हरी का रस प्राप्त होया है आके सतगुरां द्वारा सो अन रस ना ही लपटायो जिसन रसा विचों हरी का रस प्राप्त होया है वो होर द्वैत वाले रसा च नहीं लगता किसी प्रकार का जाका कहया दरगह चल क्या होया बेनती दरगाह भी चल पैंदी है मनी जाती है जो करे सोई भरा मन ओ राम नाम रंग राते तिनकी शोभा सबनी थाई जिन प्रभु के चरण प्राप्ते मेरे राम हर संता ये वरना कोई तो किसको नजर लै आवे तले किनू निगाह च लियावे विष्णु की उपासना करे के ब्रह्मा की करे के शिवजी दे के इंद्र की स्वर्ग की इच्छा रखे किसे ब्रह्मा विष्णु शिवजी आदिकां की इच्छा नहीं रखता जानदा ब्रह्मा विष्णु सिरे ते अगणित तिनको बो पिया मन वर का जब राशि लख जोनो पाई रिजक दिया सबहू को तरका किसे भी उपासना तले नहीं लियांदा निगाह दे तले सब तो उच्चा ते सुचा हो जाता है जाका सब किस ताका हो जिस वाहिगुरु का भाई सब कुछ रचिया होया है
उस परमेश्वर का बनना कर। नानक ताको सदा सुख हो। उस गुरख नु गुरु साहब जी कहते सदा वास्ते नित रहने वाला आनंद प्राप्त हो जाता है। गौड़ी महला पंजवा जाकर दुख सुख सम कर जापे। नंद हर साधन साधु मां है जिन्हों के ताई दुख ते सुख समान करके जाने जाते हैं। दुख विच भी उन्हां दी वृत्ति घबराउंदी नहीं है, सुख विच फैलदी नहीं है, दुख विच सुंगड़दी नहीं है, दुख करके सुख विच फैल करके बालियां बुरियां करतूतां नहीं करदी। सुख दुख विच समान वृत्ति करके जेडे जानते हैं। ताको काड़ा कहा बेअप है। जो नर दुख में दुख नहीं मन सुख सुने और पै नहीं जाके कंचन माटी मन उन्होंने काड़ा छो झोरा किस प्रकार व्यास नहीं लगता। किसे प्रकार का काड़ा किसे पदार्थ में बजना नहीं उन्होंने व्यापता लगता। सहज आनंद हर साधु माहे। हरी दे जेडे संत है उन्हां दी संगत विच सुते असरूप दा आनंद बनिया रहिंदा है। आज्ञाकारी हर हर राय। हर हर परमेश्वर पातशाह दे आज्ञाकारी संत हन। वाहिगुरु दे भाणे नूं मनदे हन, रजा विच चलदे है। जो हरी सारिआं दा पातशाह है उन्हां संतां दी जिहड़ी आग्या हुंदी है ओह कीती ओह वी आप सच्चे पातशाह भगतां दी कर दिंदा है। रहाओ पर आज्ञाकारी रहिंदे हमेशा परमेश्वर दे। रहाओ जाके अचिंत वसै मन आए। इन्हां दे अचिंत आज्ञाकारी जिहड़ी माया है ओह भी उन्हां दे आग्या चलण वाली है। माया दासी भगतां की टहल कमावे, चरणी लागे तो महल पावे। ਉਹ ਤਾਂ ਹਰ ਹਰ ਪਰਮੇਸ਼ੁਰ ਆਦਿ ਵੀ ਜੁੜੇ ਰਹਿੰਦੇ ਹਨ। ਰਹਾਓ ਜਾ ਕੇ ਅਚਿੰਤ ਵਸੈ ਮਨ ਆਏ। ਮਨ ਚਿਤਨ ਚੇਤ ਆ ਕੇ ਅਕਸ ਮਹਿਤਰ ਪਰਮੇਸ਼ੁਰ ਦਾ ਨਾਮ ਸਾਰੀਆਂ ਚਿੰਤਾ ਤੋਂ ਰਹਿਤ ਕਰਨ ਵਾਲਾ ਆਪ ਵਸਦਾ ਹੈ। ਤਾਰ ਬ੍ਰਹਮ ਜੇ ਚੀਨ ਸੀ ਅਚਿੰਤ ਮਨ ਰਾਖ ਸੀ। ਸਾਰੀਆਂ ਚਿੰਤਾ ਤੋਂ ਰਹਿਤ ਰੱਖਦੇ ਆ ਮਨ ਨੂੰ ਉਹ। ਤਾਕੋ ਚਿੰਤਾ ਕਤਹੂ ਨਾਹਿ। ਉਹਨਾਂ ਨੂੰ ਕਿਸੇ ਥਾਂ ਵੀ ਚਿੰਤਾ ਫਿਕਰ ਨਹੀਂ ਹੁੰਦਾ, ਸਾਰਿਆਂ ਥਾਂ ਚ ਆਨੰਦ ਹੀ ਰਹਿੰਦੇ ਹਨ। ਜਾ ਕੇ ਬਿਨਸਿਉ ਮਨ ਤੇ ਭਰਮ। ਜਿਨ੍ਹਾਂ ਦੇ ਮਨ ਚੋਂ ਸਾਹਿਬ ਸਿੰਘ ਜੀ ਭੇਦ ਭਰਮ ਆਦਿਕ ਨਾਸ ਹੋ ਗਿਆ ਹੈ। ਤਾਕੇ ਕਛੂ ਨਾਹੀ ਡਰ ਜਮਾ। ਉਹਨਾਂ ਨੂੰ ਜਮਾਂ ਦਾ ਵੀ ਕੋਈ ਡਰ ਨਹੀਂ, ਜਮਾਨੇ ਦਾ ਵੀ ਡਰ ਨਹੀਂ, ਜਮਾਂ ਉੱਕਾ ਹੀ ਡਰ ਨਹੀਂ ਕਿਸੇ ਪ੍ਰਕਾਰ ਦਾ। ਜਾ ਕੇ ਹਿਰਦੈ ਦੀਓ ਗੁਰਨਾਮਾ। ਜਿਨ੍ਹਾਂ ਦੇ ਹਿਰਦੇ ਚ ਸਤਿਗੁਰੂ ਜੀ ਨੇ ਅੰਮ੍ਰਿਤ ਨਾਮ ਬਖਸ਼ ਦਿੱਤਾ ਹੈ। ਬਹੁ ਨਾਨਕ ਤਾਕੇ ਸਗਲ ਨਿਧਾਨਾ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਸਾਰੀਆਂ ਨਿਧੀਆਂ ਦਾ ਖਜ਼ਾਨਾ ਆ ਕੇ ਪ੍ਰਾਪਤ ਹੋਇਆ ਹੈ। ਗੌੜੀ ਮਹੱਲਾ ਪੰਜਵਾ ਅਗਮ ਰੂਪ ਕਾ ਮਨ ਮਹਿ ਥਾਨਾ। ਇਹ ਅੰਤਰਜਾਮੀ ਸਤਿਗੁਰੂ ਕਿਰਪਾ ਨਿਧਾਨ ਆਪ ਪਰਮੇਸ਼ਵਰ ਦੀ ਸਹਿਜ ਕਥਾ ਦਾ ਕਥਨ ਕਰੋ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ। ਹੇ ਗੁਰਸਿੱਖੋ ਅਗਮ ਰੂਪ ਕਾ ਮਨ ਮਹਿ ਥਾਨਾ। ਜੋ ਮਨ ਦੀ ਗਮਤਾ ਤੋਂ ਪਰੇ ਸਰੂਪ ਹੈ ਜਿਸ ਨੂੰ ਮਨ ਨਹੀਂ ਜਾਣ ਸਕਦਾ, ਜੋ ਅਗਮ ਅਪਾਰ ਅਗੋਚਰ ਸਰੂਪ ਹੈ ਉਹਦਾ ਮਨ ਵਿੱਚ ਹੀ ਸਥਾਨ ਹੈ। ਮਨ ਦੇ ਅੰਦਰ ਹੀ ਉਹ ਪ੍ਰਕਾਸ਼ ਦਾ ਰੂਪ ਹੈ। ਮਨ ਉਹਦੇ ਆਸਰੇ ਪ੍ਰਕਾਸ਼ਵਾਨ ਹੋ ਕੇ ਇੰਦਰੀਆਂ ਨੂੰ ਪ੍ਰਕਾਸ਼ਦਾ ਹੈ, ਪ੍ਰਾਣਾ ਆਦਿਕਾਂ ਦੀ ਹਰਕਤ ਹੁੰਦੀ ਨੂੰ ਵੇਖਦਾ ਹੈ। ਇਸ ਪ੍ਰਕਾਰ ਜੋ ਅਗਮ ਸਰੂਪ ਪਰਮੇਸ਼ੁਰ ਹੈ ਉਹਦਾ ਇਹ ਆਪਣੇ ਮਨ ਵਿੱਚ ਹੀ ਸਥਾਨ ਹੈ। ਗੁਰ ਪ੍ਰਸਾਦ ਕਿਨੈ ਵਿਰਲੈ ਜਾਣਾ। ਪਰ ਗੁਰਾਂ ਦੀ ਕਿਰਪਾ ਕਰਕੇ ਉਸ ਵਿਆਪਕ ਸਰੂਪ ਨੂੰ ਕਿਸੇ ਵਿਰਲੇ ਨੇ ਜਾਣਿਆ, ਨਹੀਂ ਤਾਂ ਮਨ ਦੇ ਸੰਕਲਪਾਂ ਚ ਸਾਰੇ ਉੜੇ ਰਹਿੰਦੇ ਹਨ ਜਾਂ ਤਨ ਵਿੱਚ ਹੀ ਲੱਗੇ ਰਹਿੰਦੇ ਹਨ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ। ਸਹਿਜ ਸਰੂਪ ਹੈ ਪਰਮੇਸ਼ੁਰ ਦਾ, ਉਹਦੀ ਸਹਿਜ ਅਵਸਥਾ ਦੀ ਜਿਹੜੀ ਕਥਾ ਹੈ। ਮਹਾਂਪੁਰਖਾਂ ਦੇ ਜਿਹੜੇ ਮੁੱਖ ਹਨਗੇ ਅੰਮ੍ਰਿਤ ਦੇ ਕੁੰਡ ਬਣੇ ਹੋਏ ਹਨ। ਮਹਾਂਪੁਰਖਾਂ ਦੀ ਰਸਨਾ ਚੋਂ ਅੰਮ੍ਰਿਤ ਨਾਮ ਜਿਵੇਂ ਸੰਤ ਜਿਹੜੇ ਅੰਮ੍ਰਿਤ ਦੇ ਕੁੰਟ ਹਨ ਜੋ ਉਸ ਪਰਮੇਸ਼ੁਰ ਦੀ ਸਹਿਜ ਕਥਾ ਦੇ ਸੰਤ ਮਹਾਤਮਾ ਦੇ ਹਿਰਦੇ ਜਿਹੜੇ ਅੰਮ੍ਰਿਤ ਦੇ ਕੁੰਡ ਬਣੇ ਹੋਏ ਹਨ। ਜਿਸੇ ਪ੍ਰਾਪਤ ਤਿਸ ਲੈ ਭੁੰਚਾ। ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਨੂੰ ਸਾਧ ਸੰਗਤ ਦੇ ਪਾਸੋਂ ਲੈ ਕਰਕੇ ਉਸ ਅੰਮ੍ਰਿਤ ਨਾਮ ਨੂੰ ਪੁੰਚਣਾ ਕੀਤਾ ਹੈ। ਰਹਾਓ ਬਾਣੀ ਗੁਰੂ ਹੈ ਬਾਣੀ।
ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੀ ਪਰ ਤੱਕ ਗੁਰੂ ਨਿਸਤਾਰੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗਈ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪੂਰਨ ਲੜੀਵਾਰ ਕਥਾ ਆਰੰਭ ਹੋਣ ਜਾ ਰਹੀ ਹੈ। ਧੰਨਵਾਦ ਸਾਹਿਬ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਜਥਾ ਪਿੰਡਰਾਂ ਮਹਿਤਾ ਅੰਮ੍ਰਿਤਸਰ।